ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਅਕਾਲੀ ਦਲ ਤੇ ਭਾਜਪਾ ਵਰਕਰਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਤੇ ਭਾਜਪਾ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਕੇਜਰੀਵਾਲ ਦਾ ਵਿਰੋਧ ਬੰਦ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਾਦਲ ਪਰਿਵਾਰ ਨੂੰ ਪਿੰਡਾਂ 'ਚ ਨਹੀਂ ਵੜਨ ਦੇਵੇਗੀ। ਖਹਿਰਾ ਨੇ ਇਲਜ਼ਾਮ ਲਗਾਏ ਕਿ ਦੋਨੋਂ ਪਾਰਟੀਆਂ ਬੁਖਲਾੜ 'ਚ ਆ ਕੇ ਸਭ ਕੁਝ ਕਰ ਰਹੀਆਂ ਨੇ। ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨੇ ਪੰਜਾਬ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਮਾਝੇ ਦੇ ਇਲਾਕੇ ਦੇ ਦੌਰੇ ਮੌਕੇ ਅਕਾਲੀ ਭਾਜਪਾ ਵਰਕਰਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ ਅਤੇ ਅਰਵਿੰਦ ਕੇਜਰੀਵਾਲ ਦਾ ਵਿਰੋਧ ਅਕਾਲੀ ਭਾਜਪਾ ਲੀਡਰਸ਼ਿਪ ਦੁਆਬੇ 'ਚ ਵੀ ਕਰੇਗੀ। ਇਹ ਦਾਅਵਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ। ਖਹਿਰਾ ਨੇ ਇਲਜ਼ਾਮ ਲਗਾਇਆ ਕਿ ਸੀਨੀਅਰ ਅਕਾਲੀ ਆਗੂ ਬੀਬੀ ਜ਼ਗੀਰ ਕੌਰ ਵੱਲੋਂ ਅਕਾਲੀ ਦਲ ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਕੇਜਰੀਵਾਲ ਦੇ ਵਿਰੋਧ ਕਰਨ ਦੀ ਪਲੈਨਿੰਗ ਬਣਾਈ ਗਈ ਹੈ। ਖਹਿਰਾ ਨੇ ਸੱਤਾਧਾਰੀ ਅਕਾਲੀ ਦਲ ਉੱਤੇ ਇਹ ਵੀ ਇਲਜ਼ਾਮ ਲਗਾਇਆ ਕਿ ਇਹ ਸਭ ਕੁਝ ਲਈ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਖਹਿਰਾ ਨੇ ਬੀਬੀ ਜ਼ਗੀਰ ਕੌਰ ਨੂੰ ਚੈਲੰਜ ਕੀਤਾ ਕਿ ਜੇਕਰ ਅਰਵਿੰਦ ਕੇਜਰੀਵਾਲ ਦਾ ਵਿਰੋਧ ਅਕਾਲੀ ਦਲ ਵੱਲੋਂ ਕੀਤਾ ਗਿਆ ਤਾਂ ਬਾਦਲ ਪਰਿਵਾਰ ਨੂੰ ਵੀ ਕਪੂਰਥਲੇ ਇਲਾਕੇ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਕੱਲ੍ਹ ਅਰਵਿੰਦ ਕੇਜਰੀਵਾਲ ਜੀ ਦੁਆਬੇ ਦੀ ਵਿਜ਼ਿਟ 'ਤੇ ਆ ਰਹੇ ਨੇ। ਪਹਿਲਾਂ ਵੀ ਦੋ ਦਿਨ ਉਹਨਾਂ ਨੂੰ ਅਕਾਲੀਆਂ ਨੇ ਸੁਖਬੀਰ ਬਾਦਲ ਦੇ ਚਮਚਿਆਂ ਨੇ ਉਹਨਾਂ ਦੀ ਜਿਹੜੀ ਵਿਜ਼ਿਟ ਸੀਗੀ ਉਸਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਟੋਰਪੀਡੋ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਕੱਲ੍ਹ ਤਾਂ ਹੱਦ ਹੋ ਗਈ। ਜਿਹੜਾ ਕੱਲ੍ਹ ਬੀਤਿਆ ਉਹਦੇ 'ਚ ਬੀਬੀ ਜ਼ਗੀਰ ਕੌਰ ਜਿਹੜੀ ਇੱਕ ਸਜ਼ਾ ਯਾਫਤਾ ਲੀਡਰ ਹੈ ਜਿਸ ਨੂੰ 5 ਸਾਲ ਕੈਦ ਹੋਈ ਆ, ਉਹਨਾਂ ਨੇ ਇੱਕ ਮੀਟਿੰਗ ਕੀਤੀ ਆਪਣੇ ਡੇਰੇ ਦੇ ਉੱਤੇ ਔਰ ਆਪਣੇ ਅਕਾਲੀ ਵਰਕਰਾਂ ਨੂੰ ਉਹਨਾਂ ਨੇ ਭੜਕਾਇਆ ਵਾ ਕਿ ਕੱਲ੍ਹ ਅਰਵਿੰਦ ਕੇਜਰੀਵਾਲ ਜਦੋਂ ਆਊਗਾ ਉਹਨੂੰ ਟੁੱਟ ਕੇ ਪੈ ਜਾਓ, ਉਹਦੇ ਰਾਹ ਰੋਕ ਦਿਓ, ਟਰਾਲੀਆਂ ਲਾ ਦਿਓ, ਉਹਨਾਂ ਦੇ ਗਲ ਪੈ ਜਾਓ। ਔਰ ਉਹਨਾਂ ਨੇ ਆਪਣੇ ਵਰਕਰਾਂ ਨੂੰ ਵਾਇਲੈਂਟ ਹੋਣ ਲਈ ਇਹ ਉਤਸ਼ਾਹਿਤ ਕੀਤਾ ਵਾ। ਮੈਂ ਸਾਰੀ ਗੱਲ ਨੂੰ SSP ਕਪੂਰਥਲਾ ਦੇ ਨੋਟਿਸ ਵਿੱਚ ਲਿਆਤਾ ਵਾ, ਉਹਨਾਂ ਨੂੰ ਤਾੜਨਾ ਕੀਤੀ ਆ ਕਿ ਅਗਰ ਸਰਕਾਰ ਨੇ ਇੱਦਾਂ ਦੇ ਗੁੰਡਿਆਂ ਨੂੰ ਉੱਥੇ ਇਜਾਜ਼ਤ ਦਿੱਤੀ ਕਿ ਅਰਵਿੰਦ ਕੇਜਰੀਵਾਲ ਦਾ ਰਾਹ ਰੋਕਣਗੇ ਜਾਂ ਕਿਸੇ ਤਰੀਕੇ ਨਾਲ ਉਹਨਾਂ ਦੇ ਗਲ ਪੈਣ ਦੀ ਕੋਸ਼ਿਸ਼, ਅਸੀਂ ਚੂੜੀਆਂ ਪਾ ਕੇ ਨਹੀਂ ਬੈਠੇ। ਅਸੀਂ ਇਹਨਾਂ ਦੀ ਹਰ ਹਮਲੇ ਦਾ ਜਵਾਬ, ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ ਔਰ ਅਸੀਂ ਇਹਨਾਂ ਦਾ ਮੂੰਹ ਤੋੜ ਜਵਾਬ ਦਿਆਂਗੇ। ਔਰ ਨਾਲ ਇਹ ਵੀ ਮੈਂ ਵਾਰਨ ਕਰਨਾ ਚਾਹੁੰਦਾ ਬੀਬੀ ਨੂੰ ਕਿ ਅਗਰ ਤੁਸੀਂ ਸਾਡੇ ਲੀਡਰ ਦੀ ਤੌਹੀਨ ਕੀਤੀ ਔਰ ਅਨਕੋਨਸਟੀਟਿਊਸ਼ਨਲ ਅਨਡੈਮੋਕ੍ਰੈਟਿਕ ਮੀਨਸ ਨੂੰ ਅਡੋਪਟ ਕੀਤਾ ਤਾਂ ਫਿਰ ਇਹ ਯਾਦ ਰੱਖਣਾ ਕਿ ਤੁਹਾਡੇ ਬਾਦਲ ਵੀ ਅਸੀਂ ਭਲੱਤ 'ਚੋਂ ਅਤੇ ਦੁਆਬੇ 'ਚੋਂ ਸੁੱਕੇ ਨਹੀਂ ਜਾਣ ਦਿਆਂਗੇ। ਇਹ ਤਾੜਨਾ ਅੱਛੀ ਤਰ੍ਹਾਂ ਸਮਝ ਲੈਣਾ, ਇਹ ਕੋਈ ਮਹਿਜ਼ ਗੱਲ ਨਹੀਂ ਹੈ। ਅਗਰ ਕਿਸੇ ਤਰ੍ਹਾਂ ਦੀ ਤੌਹੀਨ ਸਾਡੇ ਦੇ ਲੀਡਰ ਦੀ ਕੱਲ੍ਹ ਹੋਈ ਇੱਥੇ ਭਲੱਥ ਵਿੱਚ ਜਾਂ ਦੁਆਬੇ ਦੇ ਵਿੱਚ, ਵੀ ਵਿਲ ਰਿਟਰਨ ਯੋਰ ਦਿਸ ਹੋਲ ਸ਼ੋਅ ਵਿਦ ਡਬਲ ਇੰਪੈਕਟ। ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨੇ ਜਿਹੜੀ ਚਰਚਾ ਛੇੜੀ ਹੈ, ਜਿਸ ਦੇ ਬਾਅਦ ਪੰਜਾਬ ਦੀਆਂ ਦੋਨੋਂ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਕੁਝ ਬੈਕਫੁੱਟ ਉੱਤੇ ਜ਼ਰੂਰ ਦਿਖਾਈ ਦੇ ਰਹੀਆਂ ਨੇ, ਪਰ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਅਤੇ ਭਾਜਪਾ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਬਾਅਦ ਬੁਖਲਾਟ ਵਿੱਚ ਆ ਗਈਆਂ ਨੇ, ਜਿਸ ਕਰਕੇ ਦੋਨੋਂ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰ ਰਹੀਆਂ ਨੇ ਤਾਂ ਜੋ ਉਹਨਾਂ ਦੀ ਲੋਕਪ੍ਰਿਯਤਾ ਘਟਾਈ ਜਾ ਸਕੇ। ਪਰ ਪੰਜਾਬ ਅੰਦਰ ਕੇਜਰੀਵਾਲ ਵਿਰੋਧੀ ਪੋਸਟਰਾਂ ਬਾਰੇ ਵੀ ਖਹਿਰਾ ਨੇ ਕਿਹਾ ਕਿ ਇਹ ਸਭ ਕੁਝ ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀ ਭੁਗਤ ਨਾਲ ਹੋ ਰਿਹਾ। ਮੈਂ ਸਾਰਾ ਕੁਝ ਦੇਖ ਰਿਹਾ। ਅਸਲ ਵਿੱਚ ਕੀ ਹੋਇਆ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ 5 ਦਿਨਾਂ ਦੌਰਾ ਸੀ ਪੰਜਾਬ ਦਾ, ਇਹਦੇ ਨਾਲ ਦੋਨੋਂ ਰਵਾਇਤੀ ਪਾਰਟੀਆਂ ਹਿੱਲ ਚੁੱਕੀਆਂ ਨੇ, ਬੁਖਲਾਹਟ ਵਿੱਚ ਨੇ। ਉਹਨਾਂ ਨੂੰ ਆਪਣਾ ਸਾਰਾ ਵੋਟ ਬੈਂਕ ਅਤੇ ਆਪਣਾ ਸਪੋਰਟ ਬੈਂਕ ਸਾਰਾ ਖਿਸਕਦਾ ਨਜ਼ਰ ਆ ਰਿਹਾ। ਇਸ ਲਈ ਹਰ ਕਿਸਮ ਦੇ ਹੱਥਕੰਡੇ ਉਡਾ ਰਹੇ ਨੇ। ਕਾਂਗਰਸ ਵਾਲੇ ਪੋਸਟਰ ਛਪਾ ਕੇ ਉਹਨਾਂ ਦੇ ਖਿਲਾਫ਼ ਐਡਵਰਸ ਪਬਲਿਸਿਟੀ ਕਰ ਰਹੇ ਨੇ। ਅਕਾਲੀ ਦਾ ਸਿੱਧੇ ਤੌਰ 'ਤੇ ਪੁਲਿਸ ਦਾ ਦੁਰਉਪਯੋਗ ਕਰਕੇ
ਅਤੇ ਉਹਨਾਂ ਦੇ ਖਿਲਾਫ਼ ਮੁਜ਼ਾਹਰੇ ਕਰਾਉਣ 'ਤੇ ਉੱਤਰ ਆਏ ਨੇ। ਇੱਥੋਂ ਪਤਾ ਲੱਗਦਾ ਕਿ ਅਰਵਿੰਦ ਕੇਜਰੀਵਾਲ ਇਜ਼ ਅ ਵੈਰੀ ਪਾਪੂਲਰ ਲੀਡਰ ਔਰ 2017 ਦੇ ਵਿੱਚ ਉਹਨਾਂ ਦੀ ਜਿੱਤ ਨੂੰ ਦੇਖਦਿਆਂ ਹੋਇਆ ਦੀਵਾਰਾਂ ਦੇ ਉੱਤੇ ਜਿਹੜੀ ਜਿੱਤ ਲਿਖੀ ਹੈ ਜੋ ਮਾਘੀ ਦੇ ਮੇਲੇ 'ਤੇ ਸਾਡਾ ਇਕੱਠ ਹੋਇਆ, ਉਸ ਤੋਂ ਬਾਅਦ ਦੋਨੋਂ ਰਵਾਇਤੀ ਪਾਰਟੀਆਂ ਘਬਰਾ ਵੀ ਗਈਆਂ ਅਤੇ ਦੋਨਾਂ ਨੇ ਹੱਥ ਮਿਲਾ ਕੇ ਦੋਨਾਂ ਨੇ ਇਕੱਠੇ ਹੋ ਕੇ ਹੁਣ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ। ਮੈਂ ਸਮਝਦਾ ਇਹਦੇ ਵਿੱਚ ਸਾਡੀ ਸਟਰੈਂਥ ਨਜ਼ਰ ਸਾਨੂੰ ਆਮ ਆਦਮੀ ਪਾਰਟੀ ਦੀ ਵੀ ਆਉਂਦੀ ਹੈ। ਦੋਨਾਂ ਰਵਾਇਤੀ ਪਾਰਟੀਆਂ ਦੀ ਕੋਈ ਇਹ ਸਾਜਿਸ਼ ਹੋਵੇਗੀ, ਇਹ ਹੁਣ ਮਿਲੀ ਭੁਗਤ ਦੀ ਰਾਜਨੀਤੀ ਤਾਂ ਕਰ ਹੀ ਰਹੇ ਨੇ, ਸੋ ਇਸ ਲਈ ਇਹ ਦੋਨੋਂ ਰਲ ਕੇ ਵੀ ਕਰ ਸਕਦੇ ਨੇ, ਦੋਨਾਂ ਪਾਰਟੀਆਂ ਮਿਲ ਕੇ ਵੀ ਇਕੱਠੇ ਹੋ ਕੇ ਵੀ ਪੋਸਟਰ ਇਸ ਤਰ੍ਹਾਂ ਦੇ ਲਵਾ ਸਕਦੇ ਨੇ। ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੇ ਨਾਲ ਹੀ ਆਮ ਆਦਮੀ ਪਾਰਟੀ ਅਤੇ ਰਵਾਇਤੀ ਪਾਰਟੀਆਂ ਖੁੱਲ੍ਹੇ ਰੂਪ 'ਚ ਆਮਣੇ ਸਾਹਮਣੇ ਆ ਗਈਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਦੇ ਅਲਟੀਮੇਟਮ ਤੋਂ ਬਾਅਦ ਅਕਾਲੀ ਦਲ ਦੁਆਬੇ 'ਚ ਕੇਜਰੀਵਾਲ ਦਾ ਵਿਰੋਧ ਕਰਦਾ ਹੈ ਜਾਂ ਨਹੀਂ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।